ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਤੁਹਾਡੇ ਨਾਲ ਵਾਅਦਾ ਕੀਤਾ ਸੀ, ਅਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਐਕਸਪਰਟਸ ਨੂੰ ਲਵਾਂਗੇ, ਉੱਥੋਂ ਦੀ ਸਥਿਤੀ ਦਾ ਜਾਇਜ਼ਾ ਲਵਾਂਗੇ, ਯੂਨੀਵਰਸਿਟੀਆਂ ਕਾਲਜਸ ਇਹਦੇ ਬਾਰੇ ਕੀ ਕਹਿੰਦੇ ਨੇ, ਫਿਊਚਰ ਦੇ ਵਿੱਚ ਕਿਹੜੇ ਕਿਹੜੇ ਕਾਲਜ ਅਤੇ ਯੂਨੀਵਰਸਿਟੀਆਂ ਤੁਹਾਡੇ ਲਈ ਨਵੇਂ ਆਫਰਸ ਲੈ ਕੇ ਆ ਰਹੇ ਨੇ, ਕਿਵੇਂ ਤੁਸੀਂ ਜਲਦੀ ਪੱਕੇ ਹੋ ਸਕਦੇ ਹੋ, ਇਸ ਵਕਤ ਦੀ ਕੈਨੇਡਾ ਦੀ ਸਥਿਤੀ ਕੀ ਹੈਗੀ ਹੈ, ਬਹੁਤ ਸਾਰੇ ਅਹਿਮ ਸਵਾਲ ਅੱਜ ਦੇ ਸ਼ੋਅ ਵਿੱਚ ਹੋਣਗੇ। ਇਹ ਸ਼ੋਅ ਜਿਹੜਾ ਅਸੀਂ ਕੈਨੇਡਾ ਤੋਂ ਕਰ ਰਹੇ ਹਾਂ, ਕੈਨੇਡਾ ਤੋਂ ਸਾਡੇ ਨਾਲ ਇਸ ਵਕਤ ਪੈਮੇਲਾ ਜੀ ਜੁੜੇ ਹੋਏ ਨੇ, ਜਿਹੜੇ ਕਿ ਡਾਇਰੈਕਟਰਸ ਨੇ ਫਿਊਚਰ ਵਿੰਗ ਦੇ, ਔਰ ਉਹ ਕੈਨੇਡਾ ਦੇ ਐਕਸਪਰਟ ਹੀ ਨਹੀਂ ਬਲਕਿ ਉਹਨਾਂ ਦੇ ਕੋਲ IAA ਮਾਰਾ ਦਾ ਲਾਇਸੈਂਸ ਹੈ। ਪੈਮੇਲਾ ਜੀ, ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ ਜੀ। ਸਾਡੇ ਨਾਲ ਨੇ ਜੀ ਇਸ ਵਕਤ ਸਾਂਦਰਾ ਸੰਘ, ਪ੍ਰੋਗਰਾਮਿੰਗ ਡਾਇਰੈਕਟਰ, ਜੋ ਕਿ ਇਸ ਵਕਤ ਬਹੁਤ ਸਾਰੇ ਪ੍ਰੋਗਰਾਮਸ ਨੇ ਜਿਹੜੇ ਪਬਲਿਕ ਪੋਲਿਸੀ ਐਂਡ ਐਡਮਿਨਿਸਟ੍ਰੇਸ਼ਨ ਦੇ ਹੈੱਡ ਵੀ ਨੇ, ਉਹ ਇਸ ਵਕਤ ਸਾਡੇ ਨਾਲ ਜਿਹੜੀ ਗੱਲਬਾਤ ਉਹ ਕਰਨਗੇ ਐਲਡਰ ਯੂਨੀਵਰਸਿਟੀ ਵੱਲੋਂ, ਜਿਨ੍ਹਾਂ ਦਾ ਕੈਂਪਸ ਸ਼ਿਕਾਗੋ ਦੇ ਵਿੱਚ ਵੀ ਹੈ, ਵੈਨਕੂਵਰ ਦੇ ਵਿੱਚ ਵੀ ਹੈ। ਸੋ ਸਾਂਦਰਾ ਸੰਘ, ਵੈਲਕਮ ਇਨ ਅਵਰ ਸਪੈਸ਼ਲ ਸ਼ੋਅ ਦੇਸ਼ ਪ੍ਰਦੇਸ਼। ਥੈਂਕ ਯੂ ਵੈਰੀ ਮੱਚ, ਥੈਂਕ ਯੂ। ਇਸ ਤੋਂ ਬਾਅਦ ਸਾਡੇ ਨਾਲ ਜੁੜੇ ਹੋਏ ਨੇ ਜੀ ਇਸ ਵਕਤ ਮਿਸਟਰ ਕਮਲ ਜੀ, ਜੋ ਕਿ ਐਸੋਸੀਏਟ ਡਾਇਰੈਕਟਰ ਨੇ ਇੰਟਰਨੈਸ਼ਨਲ ਐਡਮਿਸ਼ਨਸ ਦੇ। ਇਸ ਵਕਤ ਜਿਹੜੇ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਉਹ ਸਾਰੀਆਂ ਐਲਡਰ ਯੂਨੀਵਰਸਿਟੀ ਬਾਰੇ ਗੱਲ ਕਰਨੀ ਹੈ, ਕੈਨੇਡਾ ਦੀ ਸਥਿਤੀ ਬਾਰੇ ਗੱਲ ਕਰਨੀ ਹੈ, ਤੁਹਾਨੂੰ ਵੀਜ਼ਾ ਕਿਵੇਂ ਮਿਲਣਾ ਹੈ, ਔਫਰ ਕਿਵੇਂ ਮਿਲਣੀ ਹੈ, ਉਸ ਤੋਂ ਬਾਅਦ PR ਕਿਵੇਂ ਮਿਲਣੀ ਹੈ। ਸੋ ਫਿਊਚਰ ਵਿੰਗ ਵੱਲੋਂ ਸਾਡੇ ਨਾਲ ਪੈਮੇਲਾ ਜੀ, ਔਰ ਬਤੌਰ ਕੁਛ ਪ੍ਰੋਗਰਾਮਾਂ ਦੇ ਹੈੱਡ ਬਤੌਰ ਸਾਡੇ ਨਾਲ ਜੁੜੇ ਸਾਂਦਰਾ ਜੀ, ਔਰ ਇਸ ਤੋਂ ਇਲਾਵਾ ਸਾਡੇ ਨਾਲ ਮਿਸਟਰ ਕਮਲ ਜੀ, ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਜਾਣ ਪਛਾਣ ਕਰਾਈ ਹੈ, ਇਹਨਾਂ ਦੇ ਰਾਹੀਂ ਤੁਸੀਂ ਔਰ ਫਿਊਚਰ ਵਿੰਗ ਰਾਹੀਂ ਇਸ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਸਕਦੇ ਹੋ। ਇਸ ਯੂਨੀਵਰਸਿਟੀ ਦੀਆਂ ਕੁਛ ਚਾਰ ਵਿਲੱਖਣ ਵਿਸ਼ੇਸ਼ਤਾਵਾਂ ਨੇ, ਬਾਕੀਆਂ ਨਾਲੋਂ ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਕਮਲ ਜੀ, ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਪੈਮੇਲਾ ਜੀ, ਤੁਹਾਡੇ ਵੱਲ ਆਊਂਗਾ ਸਭ ਤੋਂ ਪਹਿਲਾਂ। ਲੋਕਡਾਊਨ ਹੋਇਆ, ਇੱਕ ਵੱਡਾ ਪ੍ਰਕੋਪ ਦੁਨੀਆ ਦੇ ਉੱਪਰ ਆਇਆ, ਸਾਡਾ ਬਹੁਤ ਸਾਰਾ ਬੱਚਾ ਵੀਜ਼ਾ ਲੈ ਕੇ ਇੱਥੇ ਬੈਠਿਆ, ਬਹੁਤ ਸਾਰੇ ਸਵਾਲ ਦਿਮਾਗ 'ਚ ਘੁਮਾਉਂਦਾ ਰੋਜ਼। ਜਿਹੜੇ ਵਿਦਿਆਰਥੀ ਕੈਨੇਡਾ ਪੜ੍ਹਦੇ ਸੀ, ਛੁੱਟੀਆਂ ਕੱਟਣ ਆਏ ਸੀ, ਉਹ ਵਿਚਾਰੇ ਇੱਥੇ ਫਸ ਗਏ, ਉਹ ਨਹੀਂ ਜਾ ਪਾ ਰਹੇ। ਤੁਸੀਂ ਕੈਨੇਡਾ 'ਚ ਬੈਠੇ ਹੋ, ਜੋ ਬੱਚਾ ਸਾਡਾ ਹੁਣ ਕੈਨੇਡਾ ਜਾਣਾ ਚਾਹੁੰਦਾ ਜਾਂ ਬੈਠਿਆ ਜਾਂ ਵੀਜ਼ਾ ਲਈ ਪੰਜਾਬ 'ਚ ਬੈਠਿਆ, ਉਹਨਾਂ ਨੂੰ ਤੁਹਾਡਾ ਕੀ ਸੁਨੇਹਾ, ਕੀ ਮੋਟੀਵੇਸ਼ਨਲ ਕੋਈ ਚਾਰ ਸੈਂਟੈਂਸ ਉਹਨਾਂ ਲਈ? ਬੜੇ ਟੈਂਸ਼ਨ ਦੇ ਵਿੱਚ ਨੇ ਸਾਡੇ ਵਿਦਿਆਰਥੀ ਜੀ। ਬਿਲਕੁਲ, ਇਹ ਗਲੋਬਲੀ ਇੱਕ ਬਹੁਤ ਚੈਲੇਂਜਿੰਗ ਸਿਚੁਏਸ਼ਨ ਹੈ, ਬਟ ਦ ਪੋਜ਼ਿਟਿਵ ਸਾਈਨ ਇਜ਼ ਕਿ ਜੋ ਕਿ ਗਵਰਨਮੈਂਟ ਹੈ, ਦੇ ਆਰ ਵੈਰੀ ਵੈਰੀ ਸਪੋਰਟਿਵ, ਔਰ ਪੂਰੀ ਕੋਸ਼ਿਸ਼ ਕੀ ਜਾ ਰਹੀ ਹੈ ਕਿ ਸਟੂਡੈਂਟਸ ਕੋ ਜਲਦ ਸੇ ਜਲਦ ਵਾਪਸ ਕੰਟਰੀ ਮੇ ਆਨੇ ਕੀ ਪਰਮਿਸ਼ਨ ਮਿਲੇ। ਪਰਮਿਸ਼ਨ ਹੈ, ਬਟ ਦ ਪ੍ਰੋਬਲਮ ਇਜ਼ ਦ ਹੈਲਥ ਐਂਡ ਟਰੈਵਲ ਰਿਸਟ੍ਰਿਕਸ਼ਨ, ਜੋ ਜੈਸੇ ਹੀ ਈਜ਼ ਡਾਊਨ ਹੋ ਰਹੀ ਹੈ, ਸਟੂਡੈਂਟਸ ਵਿਲ ਬੀ ਏਬਲ ਟੂ ਟਰੈਵਲ ਬੈਕ। ਬਟ ਇਨ ਦ ਮੀਨ ਟਾਈਮ ਜੋ ਬੱਚੇ ਇੰਡੀਆ ਗਏ ਹੋਏ ਥੇ ਛੁਪੇ, ਫੈਮਿਲੀਜ਼ ਸੇ ਮਿਲਨੇ, ਬ੍ਰੇਕਸ ਪੇ, ਦੇ ਵਿਲ ਸਟਿਲ ਬੀ ਫੋਰਚੁਨੇਟਲੀ ਬੀ ਏਬਲ ਟੂ ਕੰਟੀਨਿਊ ਔਨਲਾਈਨ ਕਲਾਸਰੂਮ ਲਰਨਿੰਗ ਕਰ ਪਾਏਂਗੇ। ਐਂਡ ਜੋ ਅਕੈਡਮਿਕ ਇੰਸਟੀਟਿਊਸ਼ਨਸ ਹੈ, ਜੋ ਯਾ ਗਵਰਨਮੈਂਟ ਹੈ, IRCC ਹੈ, ਕਾਫੀ ਸਟੂਡੈਂਟਸ ਕੋ ਸਪੋਰਟ ਪ੍ਰੋਵਾਈਡ ਕੀ ਜਾ ਰਹੀ ਹੈ, ਇਮੋਸ਼ਨਲ ਸਪੋਰਟ, ਅਕੈਡਮਿਕ ਲਰਨਿੰਗ ਸਪੋਰਟ, ਹਰ ਤਰ੍ਹਾਂ ਸੇ ਇਨਕੋ ਸਪੋਰਟ ਕੀਆ ਜਾ ਰਹਾ ਹੈ। ਐਂਡ ਜੈਸੇ ਕਿ ਆਪ ਜਾਣਤੇ ਹੋਂਗੇ ਕਿ ਇਹ ਸਿਚੁਏਸ਼ਨ ਕਿਸੀ ਕੇ ਵੀ ਕੰਟਰੋਲ ਕੇ ਬਾਹਰ ਹੈ, ਸੋ ਇਨ ਆਰਡਰ ਟੂ ਯੂ ਨੋ ਅਸ਼ੋਰ ਦ ਸਟੂਡੈਂਟਸ ਦੈਟ ਦੇਅਰ ਫਿਊਚਰ ਇਜ਼ ਸੇਫ, ਇਨਕੇ ਪੋਸਟ ਗ੍ਰੈਜੂਏਟ ਵਰਕ ਤੇ ਵੀ ਇਸਕਾ ਕੋਈ ਇੰਪੈਕਟ ਨਹੀਂ ਆਏਗਾ। ਵੈਰੀ ਸਪੋਰਟਿਵ ਲਰਨਿੰਗ ਇਨਵਾਇਰਮੈਂਟ। ਮੈਂ ਇਸ ਯੂਨੀਵਰਸਿਟੀ ਬਾਰੇ ਹੋਰ ਡਿਟੇਲ 'ਚ ਜਾਵਾਂ, ਉਸ ਤੋਂ ਪਹਿਲਾਂ ਤਿੰਨ ਚਾਰ ਪੁਆਇੰਟ ਤੁਹਾਨੂੰ ਦੱਸਦਾ। ਕੁਛ ਅਜਿਹੇ ਪ੍ਰੋਗਰਾਮ ਨੇ ਜਿਹੜੇ ਤੁਹਾਨੂੰ ਸਰਕਾਰੀ ਜੋਬ ਦਵਾਉਣਗੇ ਕੈਨੇਡਾ ਦੇ ਵਿੱਚ, ਕੁਛ ਪ੍ਰੋਗਰਾਮ ਅਜਿਹੇ ਨੇ ਜਿਹੜੇ ਮਾਸਟਰਸ ਪ੍ਰੋਗਰਾਮ ਤੁਸੀਂ 6 ਬੈਂਡ ਨਾਲ ਕਰ ਪਾਓਗੇ, ਬਹੁਤ ਸਾਰੇ ਅਜਿਹੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਤੁਹਾਡਾ ਗੈਪ ਹੈ ਜਾਂ ਤੁਹਾਡਾ ਐਕਸਪੀਰੀਅੰਸ ਹੈ ਮਾਸਟਰ ਤੋਂ ਬਾਅਦ, ਉਹ ਤੁਹਾਡੇ ਲਈ ਉਲਟਾ ਬੈਨੀਫਿਸ਼ੀਅਲ ਹੋਏਗਾ। ਸੋ ਸਾਂਦਰਾ, ਯੈਸ, ਯੂ ਆਰ ਦ ਹੈੱਡ ਆਫ ਡਿਪਾਰਟਮੈਂਟ ਪ੍ਰੋਗਰਾਮਸ ਪਬਲਿਕ ਪੋਲਿਸੀ ਐਂਡ ਐਡਮਿਨਿਸਟ੍ਰੇਸ਼ਨਸ, ਵਟ ਇਜ਼ ਦ ਕੋਰਸ ਕੰਪੋਨੈਂਟ, ਵਟ ਇਜ਼ ਦ ਬੈਨੀਫਿਟ ਫਾਰ ਦ ਇੰਡੀਅਨ ਸਟੂਡੈਂਟਸ? So the Master's of Public Policy and Administration program is a two-year program that focuses on training students to lead and support
government and community efforts to advance a more just society. Students will be exposed to core theory, research methods, as well as applied skills and field experience to equip themselves to professional trained practitioners in the field. What we're looking for in terms of the students coming into this program are students that have a background either in the social sciences, economics, or political science, community development. And the benefit of this program is that it balances theoretical training with applied work experience. The main highlight is that we offer a 500-hour field experience, which is beneficial towards moving on in terms of settling in, possibly in Canada, as you are gaining experience in the field of public policy and administration. Thank you. Kamal ji, tode wal aunga is waqt main. ਅਲਡਰ ਯੂਨੀਵਰਸਿਟੀ ਦੇ ਦੋ ਕੈਂਪਸ ਨੇ, ਪਹਿਲਾ ਸ਼ਿਕਾਗੋ ਦੇ ਵਿੱਚ ਹੈ ਯੂ ਐਸ ਅਮਰੀਕਾ ਦੇ ਵਿੱਚ, ਦੂਜਾ ਵੈਨਕੂਵਰ ਦੇ ਵਿੱਚ ਹੈ। ਥੋੜ੍ਹਾ ਜਿਹਾ ਮੈਂ ਬਰੀਫ ਸਮਰੀ ਚਾਹੂੰਗਾ, ਇਸ ਯੂਨੀਵਰਸਿਟੀ ਦਾ ਭਾਰਤੀ ਪੰਜਾਬੀ ਸਟੂਡੈਂਟਸ ਨੂੰ ਕੀ ਲਾਭ ਹੋਣਾ ਅਤੇ ਇਹਨੇ ਦੋ ਕੈਂਪਸ ਦੇ ਕੀ ਬੈਨੀਫਿਟ ਹੋ ਸਕਦੇ ਹੈ, ਕੀ ਅਸੀਂ ਚੇਂਜ ਕਰ ਸਕਦੇ ਹਾਂ ਆਪਸ ਦੇ ਵਿੱਚ, ਕੈਨੇਡਾ ਵਾਲਾ ਵਿਅਕਤੀ ਯੂ ਐਸ ਪੜ੍ਹੇ, ਯੂ ਐਸ ਵਾਲਾ ਕੈਨੇਡਾ ਦੇ ਵਿੱਚ ਪੜ੍ਹੇ। ਹਾਂਜੀ, ਆਪਣੇ ਕੋਲ ਦੋ ਕੈਂਪਸਿਸ ਹੈਗੇ, ਇੱਕ ਤਾਂ ਚਿਕਾਗੋ 'ਚ ਵੈਨਕੂਵਰ। ਦਿਸ ਕਿਹੜਾ ਟਾਈਮ ਹੈਗਾ ਜੇ ਕਿਸੇ ਸਟੂਡੈਂਟ ਕੀਤਾ ਫੋਰ ਉਹਨਾਂ ਨੂੰ ਵੈਨਕੂਵਰ ਕੈਂਪ ਪੜ੍ਹਨਾ ਪੈਣਾ ਜਾਂ ਪ੍ਰੋਗਰਾਮ ਕਰਨਾ ਪੈਣਾ? ਜਦੋਂ ਵੈਨਕੂਵਰ ਆ ਜਾਂਦੀ ਹੈ ਉਹ ਡਿਸਾਈਡ ਕਰਦੇ ਆ ਚਿਕਾਗੋ ਜਾਣ ਨੂੰ, ਓਬਵੀਅਸਲੀ ਅਪਲਾਈ ਕਰ ਸਕਦੇ ਆ, ਪਰ ਉਹਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨਾ। ਐਡਲਰ ਯੂਨੀਵਰਸਿਟੀ ਬੈਨੀਫਿਟ ਆ ਸਭ ਤੋਂ ਵੱਡਾ, ਇੱਕ ਤਾਂ 6 ਬੈਂਡ ਸਟੂਡੈਂਟ ਅਪਲਾਈ ਦੇ ਆ, ਇੱਕ ਸਮੈਸਟਰ ਜੀਪੀ ਆਉਣਾ। ਦੂਜੀ ਕੈਨੇਡਾ ਨੇ ਕਿਹਾ ਅਸੀਂ ਆਪਣੇ ਕੋਲ ਇੰਟਰਨਸ਼ਿਪਸ ਵਰਕ ਐਕਸਪੀਰੀਅੰਸ ਆਪਾਂ ਸਟੂਡੈਂਟਸ ਨੂੰ ਪ੍ਰੋਵਾਈਡ ਕਰਦੇ ਹਾਂ। ਆਪਣੇ ਕੋਲ ਓਵਰ 200 ਪ੍ਰੈਕਟੀਕਮ ਸਾਈਟਸ ਹੈਗੇ ਆ, ਯੂਨਿਟੀ ਕਿਹੜੇ ਸਾਡੇ ਨਾਲ ਕੰਮ ਕਰਦੇ ਆ, ਸਟੂਡੈਂਟਸ ਨੂੰ ਇੰਟਰਨਸ਼ਿਪ ਉਹ ਐਕਸਪੀਰੀਅੰਸ ਦਵਾਏਂਗੇ। ਦੂਜੀ ਗੱਲ ਕਿਹੜੀ ਹੈਗੀ, ਅਬਿਲਿਟੀ 2 ਦਿਨ ਕਲਾਸਿਸ ਆ, ਕਲਾਸਿਸ ਆਪਾਂ ਆਫਰ ਕਰਦੇ ਹਾਂ, ਜੇ ਸਟੂਡੈਂਟਸ ਨੂੰ 20 ਘੰਟੇ ਕੰਮ ਵੀ ਕਰਨਾ ਪੈਣਾ ਉਹ ਕਰ ਸਕਦੇ ਆ। ਕਿਹੜੀ ਲੋਕੇਸ਼ਨ ਵਿਧੀ ਹੈਗੀ ਆ, ਡਾਊਨ ਟਾਊਨ ਵੈਨਕੂਵਰ ਬਹੁਤ ਵਧੀਆ ਅੰਬੀਨੀਅਟ ਆ। ਜਦੋਂ ਸਟੂਡੈਂਟ ਨੇ ਗ੍ਰੈਜੂਏਟ 3 ਈਅਰਸ ਦਾ ਉਹ ਪੋਸਟ ਅਪਲਾਈ ਕਰ ਸਕਦੇ ਆ। ਜੀ ਕਮਲ ਜੀ, ਕੌਣ ਵਿਅਕਤੀ ਐਡਮਿਸ਼ਨ ਲੈ ਸਕਦਾ ਇੱਥੋਂ ਦੇ ਜਿਹੜੇ ਮਾਸਟਰਸ ਪ੍ਰੋਗਰਾਮ ਨੇ, ਉਹਨਾਂ ਦੀ ਬੈਕਗ੍ਰਾਉਂਡ ਕੀ ਚਾਹੀਦੀ ਹੈ ਇੰਡੀਆ ਤੋਂ? ਕਿਹੜਾ ਬੈਕਗ੍ਰਾਉਂਡ ਹੈਗੀ ਆ, ਆਪਣੇ ਕੋਲ ਬਹੁਤ ਡਿਵਰਸ ਹੈਗੀ ਆ। ਆਪਣੇ ਕੋਲ ਬੀ ਕੌਮ ਸਟੂਡੈਂਟਸ ਵੀ, ਬੀ ਏ ਸਟੂਡੈਂਟਸ ਹੈਗੇ ਆ, ਬੀ ਏ ਬੀ ਏ ਸਟੂਡੈਂਟਸ ਹੈਗੇ ਆ, ਲਾਅ ਸਟੂਡੈਂਟਸ ਹੈਗੇ ਆ, ਬੇਸਿਕਲੀ ਸਾਇੰਸ ਸਟੂਡੈਂਟਸ ਵੀ ਹੈਗੇ ਆ। ਐਨੀਬਡੀ ਕਿਹਨਾਂ ਮਾਊਂਟ ਅਪਲਾਈ ਕਰ ਸਕਦਾ, ਬਿਕਾਜ਼ ਇਹ ਰਿਲੇਟਡ ਆ। ਹਰੇਕ ਫੀਲਡ ਦੀ ਪੋਲਿਸੀ ਹੈਗੀ ਆ, ਸਾਇੰਸ ਦੇਖੀਏ ਉਹਨਾਂ ਕੋਲ ਵੀ ਪੋਲਿਸੀ ਮੇਕਰਸ ਹੈਗੇ ਆ, ਕਿਹੜੇ ਡਿਸੀਜਨ ਮੇਕ ਕਰਦੇ, ਜੇ ਕੋਈ ਲਾਅ ਹੈਗਾ ਲਾਅ ਦੇ ਵਿੱਚ ਕਰਦੇ ਆ, ਬਿਜ਼ਨਸ ਕੋਪਰੇਸ਼ਨਸ ਵੀ ਪੋਲਿਸੀਜ਼ ਮੇਕ ਕਰਦੇ ਆ। ਸੋ ਬੈਕਗ੍ਰਾਊਂਡ ਆਪਣਾ ਬਹੁਤ ਜ਼ਿਆਦਾ ਡਿਵਰਸ, ਆਪਣੇ ਕੋਲ ਸਟੂਡੈਂਟ ਫਰੋਮ ਡਿਫਰੈਂਟ ਬੈਕਗ੍ਰਾਊਂਡ, ਐਨੀਬਡੀ ਕਿਹਨਾਂ ਕੋਲ 3 ਈਅਰਸ ਬੈਚਲਰਸ ਡਿਗਰੀ ਫਰੋਮ ਇੰਡੀਆ। ਪੈਮਲਾ ਜੀ, ਤੁਹਾਡੀ ਕੰਪਨੀ ਇੰਡੀਆ ਦੇ ਵਿੱਚ ਜ਼ਿਆਦਾਤਰ 80% ਕੰਮ ਜਿਹੜਾ ਪੀ ਆਰ ਨੂੰ ਲੈ ਕੇ ਕਰਦੀ ਹੈ, ਸੈਲਫ ਇੰਪਲਾਇਡ, ਇਨਵੈਸਟਮੈਂਟਸ, PNP, ਫੈਡਰਲ, ਪਰ ਤੁਸੀਂ ਯੂਨੀਕ ਪ੍ਰੋਡਕਟ ਲੈ ਕੇ ਆਉਂਦੇ ਹੋ ਕੈਨੇਡਾ ਤੋਂ। ਤੁਹਾਡੀ ਕੰਪਨੀ ICCRC ਮਾਰਾ IAA ਬੇਸਡ ਹੈਗੀ ਹੈ, ਜਿਹੜੀ ਕੈਨੇਡਾ, ਆਸਟ੍ਰੇਲੀਆ ਔਰ ਇੰਡੀਆ ਦੇ ਵਿੱਚ ਵੀ ਆਫਿਸ ਨੇ। ਜੇ ਮੈਂ ਸਪੈਸੀਫਿਕ ਕੈਨੇਡਾ ਦੀ ਗੱਲ ਕਰਾਂ ਇਸ ਵਕਤ, ਤਾਂ ਫਿਊਚਰ ਵਿੰਗ ਇਸ ਯੂਨੀਵਰਸਿਟੀ ਦੇ ਵਿੱਚ ਦਾਖਲਾ ਦਵਾਉਣ ਲਈ ਜਾਂ ਬਾਕੀ ਦੀਆਂ ਫੈਸਿਲਿਟੀਜ਼ ਨੇ ਉਹਨਾਂ ਵਾਸਤੇ ਕੀ ਕੁਛ ਸਪੈਸ਼ਲ ਲੈ ਕੇ ਆਈ ਹੈਗੀ ਜਿਨ੍ਹਾਂ ਸਟੂਡੈਂਟਸ ਨੇ ਵੈਨਕੂਵਰ ਇਸ ਯੂਨੀਵਰਸਿਟੀ 'ਚ ਪੜ੍ਹਨ ਜਾਣਾ? ਦੇਖੇ ਸੀ, ਫਸਟ ਆਫ ਆਲ ਜੋ ਮਾਸਟਰਸ ਪ੍ਰੋਗਰਾਮ ਹੈ, ਡੈਫੀਨੇਟਲੀ ਸਾਰੇ ਸਟੂਡੈਂਟਸ ਸਮਝਦੇ ਹੈ ਕਿ ਇਟ ਵਿਲ ਡੈਫੀਨੇਟਲੀ ਗਿਵ ਯੂ ਅ ਲੋਟ ਆਫ ਬੈਨੀਫਿਟ ਇਨ ਯੋਰ PR। ਆਪਕੋ ਅਡੀਸ਼ਨਲ ਪੁਆਇੰਟਸ ਮਿਲਤੇ ਹੈ, ਅਗਰ ਹਮ ਜੋ ਯੇ ਹਿਊਮਨ ਕੈਪੀਟਲ ਸਕੋਰ ਹੈ 1200 ਪੁਆਇੰਟਸ ਕਾ ਜੋ ਸਕੋਰ ਹੋਤਾ ਹੈ, ਆਊਟ ਆਫ ਦੈਟ ਇਫ ਯੂ ਹੈਵ ਡਨ ਅ ਮਾਸਟਰਸ ਡਿਗਰੀ ਯੂ ਗੈਟ 135 ਆਊਟ ਆਫ 150 ਪੁਆਇੰਟਸ। ਤੋ ਆਪਕੇ ਸਟ੍ਰੇਟ ਅਵੇ ਏਕ ਤੋ ਪੁਆਇੰਟਸ ਮੇ ਆਪਕੋ ਬੂਸਟ ਮਿਲ ਰਹਾ ਹੈ ਬਿਕਾਜ਼ ਆਫ ਅ ਮਾਸਟਰ ਪ੍ਰੋਫੈਸ਼ਨਲ ਸਰਟੀਫਿਕੇਸ਼ਨ। ਦੂਸਰਾ, ਆਫਟਰ ਕੰਪਲੀਟਿੰਗ ਦਿਸ ਪ੍ਰੋਗਰਾਮ ਆਪਕੇ ਲੀਏ ਬਹੁਤ ਸਾਰੇ PR ਪਾਥਵੇਜ਼ ਓਪਨ ਅਪ ਹੋਤੇ। ਇਨਫੈਕਟ ਇਨ ਕੈਨੇਡਾ ਅਗਰ ਹਮ ਦੇਖਤੇ ਅਲੋਨ, ਦੇਰ ਆਰ ਅਬਾਊਟ 80 ਡਿਫਰੈਂਟ ਪਾਥਵੇਜ਼ ਫੋਰ ਸਟੂਡੈਂਟਸ ਫੋਰ ਦੇਅਰ PR। ਸੋ ਐਂਡ ਡੈਫੀਨੇਟਲੀ ਅ ਮਾਸਟਰਸ ਪ੍ਰੋਗਰਾਮ ਇਜ਼ ਅ ਵੈਰੀ ਵੈਰੀ ਯੂਸਫੁਲ ਥਿੰਗ ਟੂ ਯੂ ਨੋ ਅਪਲਾਈ ਫੋਰ।
और बिसाइड्स फ्रेश ग्रेजुएट्स हम यू नो पर्टिकुलरली समझते हैं कि जो मेच्योर स्टूडेंट्स हैं उनके लिए बहुत ज़्यादा मुश्किल होती है, उनके पास ऑप्शंस नहीं होते हैं. बिकॉज जो पब्लिक कॉलेजेस हैं वो यूजुअली कहते हैं अगर आपको 5 साल हो गए यू नो कंप्लीटेड योर लास्ट एजुकेशन, वो क्वालिफाई नहीं करते एडमिशन के लिए, या किसी के पास 7 to 8 ईयर्स का एक्सपीरियंस है वो क्वालिफाई नहीं करते. बट इन दिस सिनेरियो जो ये प्रोग्राम है इसके फ्लेक्सिबल एलिजिबिलिटी रिक्वायरमेंट्स है, सो काफ़ी डाइवर्स स्टूडेंट पॉपुलेशन के लिए इस प्रोग्राम से एक अपॉर्चुनिटी मिलती है. एंड जनकिंग अगर हम कनाडा में मास्टर्स की एलिजिबिलिटी भी देखते हैं तो इट इज क्वाइट स्ट्रिक्ट, इतनी फ्लेक्सिबिलिटी नहीं होती है. इस सिनेरियो में आई वुड इनकरेज पीपल टू अप्लाई बिकॉज ऑफ दिस रीजन. बहुत सारे कैंडिडेट ग्रेजुएशन तो बाद ओवरऑल 6 to 6.5 ते खड़ जाते हैं, ईच नहीं आते कई बार, की आइल्स दा रिक्वायरमेंट रहेगी एडमिशन वास्ते? इसमें 6 ईच है इसका रिक्वायरमेंट. सो एंड यूजुअली जो जनरली मास्टर्स प्रोग्राम्स या पोस्ट ग्रेजुएट प्रोग्राम्स होते हैं इट इज 6.5, नो लेस देन 6. तो ये एक एडवांटेज है. एंड अपार्ट फ्रॉम दैट आई थिंक अभी कमल जी बताएंगे कि दे ऑल्सो हैव एन इंग्लिश पाथवे प्रोग्राम जो कि क्लब किया जा सकता है एज अ फाउंडेशनल प्रोग्राम टू द मेन कोर्स. तो वो ऑप्शन भी स्टूडेंट्स के पास है जिनके पास एक मॉड्यूल में कम स्कोर है. कमल जी तुसी की कहना चाहोगे, भारत दे विच बहुत सारे ग्रेजुएशन वाले विद्यार्थी ने किसी मॉड्यूल च पैसे सॉरी बैंड कट जाते हैं और विद्यार्थी यूनिवर्सिटी दे विच दाखला लेना चाहता वो पैसे होंगे ने लाने नूं, बट वो कोल मॉड्यूल प्रॉपर तरीके का नहीं होंदा और वो बड़ा गुरेज करता है कि मैं यूनिवर्सिटी ना जावां. ठीक है, की प्रोग्राम है, की पाथवे है, की सोल्यूशन है जो तुहाडी यूनिवर्सिटी पढ़ना चाहते हैं स्टूडेंट्स? ਨੇ ਕੋਈ ਗ੍ਰੈਜੂਏਟ ਪ੍ਰੈਪਰੇਟਰੀ ਪ੍ਰੋਗਰਾਮ ਹੈਗਾ ਉਹ ਹੈਗਾ ਆ ਉਹ ਸਟੂਡੈਂਟਸ ਨਾ ਕੋਈ 6 ਓਵਰਆਲ ਆ ਤੇ ਸ਼ਾਇਦ ਇੱਕ ਮੋਡਿਊਲ ਦੇ ਵਿੱਚ 5.5 ਹੋਣਗੇ ਰੀਡਿੰਗ ਦਾ ਆ ਸਪੀਕਿੰਗ ਜੋਸ ਸਟੂਡੈਂਟਸ ਆ ਸਕਦੇ ਆ ਐਕਸ ਮੈਸਟਰ ਨੂੰ ਇਹ ਕਰਨਾ ਪੈਣਾ ਜਦੋਂ ਇਹ ਇਹਨਾਂ ਨੇ ਯੂਨੀਵਰਸਿਟੀ ਆ ਕੇ ਕੰਪਲੀਟ ਕਰਤਾ ਫਿਰ ਉਹ ਡਾਇਰੈਕਟ ਪਬਲਿਕ ਪਾਲਿਸੀ ਐਸੋਸੀਏਸ਼ਨ ਦੇ ਵਿੱਚ ਚਲਾ ਦਿਆ. ਆਪਾਂ ਇਹ ਪ੍ਰੋਗਰਾਮ ਡੈਜ਼ਿਗਨੇਟਿਵ ਬਣਾਇਆ ਹੈਗਾ ਆ ਉਹ ਸਟੂਡੈਂਟਸ ਨੂੰ ਹੈਲਪ ਕਰਨਾ ਕੋਈ 6 ਤੇ ਸ਼ਾਇਦ ਇੱਕ ਮੋਡਿਊਲ ਦੇ ਵਿੱਚ 5.5 ਹੋ ਲਾਈਕ ਰੀਡਿੰਗ ਹੋ ਸਕਦਾ ਸਪੀਕਿੰਗ ਹੋ ਸਕਦਾ ਅਦਰਵਾਈਜ਼ ਤਾਂ ਨਹੀਂ. 6.5 ਈਚ ਤੱਕ ਮਾਸਟਰਸ ਦਾਖਲਾ ਲੈਣ ਲਈ ਇੱਕ ਸਮੱਸਿਆ ਹਰਡਲ ਬਣੀ ਰਹਿੰਦੀ ਹੈ. ਔਨਲਾਈਨ ਕਲਾਸਿਸ ਦਾ ਪ੍ਰਬੰਧ ਹੋਏਗਾ ਕਮਲ ਜੀ ਜੇ ਦਾਖਲਾ ਲੈਂਦਾ ਵਿਦਿਆਰਥੀ ਵੀਜ਼ਾ ਆ ਜਾਂਦਾ ਹੈ ਕਲਾਸਾਂ ਲੱਗਣਗੀਆਂ ਇਸ ਯੂਨੀਵਰਸਿਟੀ ਵੱਲੋਂ? ਹਾਂਜੀ 100% ਆਪਣੇ ਸਮਰ ਟਰਮ ਸੀ ਉਹ ਵਰਚੁਅਲ ਸੀ ਅਤੇ ਜੇ ਸਟੂਡੈਂਟਸ ਸਪਟੈਂਬਰ ਵਾਸਤੇ ਅਪਲਾਈ ਕਰਦੇ ਆ ਵੀਜ਼ਾ ਆ ਗਿਆ ਟਰੈਵਲ ਨਹੀਂ ਕਰਦੇ 100% Sandra, this question is for you. After completion of masters in your university, students can apply for jobs in government sectors or NGOs. So the way that the program is designed is that you are going to perform in both areas, and in the world of public policy and administration, the type of training can be applicable in the government sector as well as the not-for-profit sector. So depending on the student's status after graduation, perhaps becoming a permanent resident, they'll have easier opportunities to land positions in either areas or sectors of employment. Thank you. Pamela ji, tode vall aunga. Bahut vidyarthi sada ਕੈਨੇਡਾ ਦੇ ਵਿੱਚ ਹੀ ਬੈਠਿਆ ਔਨ ਸ਼ੋਰ ਹੈ, ਕਈ ਵਾਰ ਵਰਕ ਪਰਮਿਟ ਲਈ ਪੜ੍ਹਾਈ ਪੂਰੀ ਨਹੀਂ ਹੁੰਦੀ, ਕਈ ਵਾਰ ਮਾਸਟਰਸ ਪ੍ਰੋਗਰਾਮ ਦੇ ਵਿੱਚ ਜਾਂ ਪੀ ਜੀ ਦੇ ਵਿੱਚ 1 ਸਾਲ ਦਾ ਪ੍ਰੋਗਰਾਮ ਲੈ ਲੈਂਦਾ, ਉਸ ਤੋਂ ਬਾਅਦ ਉਹਨੂੰ ਕੋਈ ਅੱਛੀ ਯੂਨੀਵਰਸਿਟੀ ਔਫਰ ਜਿਹੜੀ ਹੈ ਨਹੀਂ ਦਿੰਦੀ ਹੈਗੀ. ਸੋ ਔਨ ਸ਼ੋਰ ਸਟੂਡੈਂਟਸ ਕੀ ਕਰ ਸਕਦੇ ਹਾਂ? देखिए ऑनशोर स्टूडेंट्स के लिए देर आर डेफिनेटली अ लॉट ऑफ ऑप्शंस. अगर आप इस सिचुएशन में हैं, आपका एकेडमिक गैप है या आप सेकंड कोर्स के लिए कंफ्यूज्ड हैं, तो आप हमारे कनाडा ऑफिस हमें कांटेक्ट करें एंड वी विल बी हैप्पी टू हेल्प यू. इस टाइम पे अभी मई के लिए भी लास्ट मिनट सीट्स अवेलेबल हैं अक्रॉस ऑल प्रोविंसेस इन ऑन्टारियो, एंड सेप्टेम्बर एंड जैन इनटेक भी ओपन हो चुका है. And colleges, as I said, काफ़ी students को because of the financial and emotional hardships that they are facing, colleges काफ़ी support कर रहे हैं. Students को you know installments में fee pay करने का provision मिल रहा है, fees की deadlines बढ़ा दी गई हैं,
ऑनलाइन लर्निंग सपोर्ट प्रॉपर प्रोवाइड की जा रही है, और यहाँ तक के जो एकेडमिक ग्रेडिंग है उसमें भी रिलैक्सेशन दिया जा रहा है. अगर स्टूडेंट्स का परफॉर्मेंस थोड़ा सा दे आर स्ट्रगलिंग विद दैट, उसमें भी कॉलेजेस उनको अच्छे से एकेडमिक सपोर्ट प्रोवाइड कर रहे हैं. सो एनी 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 स्टूडेंट हु इज ऑन श्योर, आपको कोई भी आपकी इश्यू है, आप कुछ भी डिस्कस करना चाहते हैं, फील फ्री टू अप्रोच अस. हम लोग रिमोटली वर्क कर रहे हैं एंड वी आर अवेलेबल 24/7 फॉर यू. कमल जी, जिन्होंने दाखला लेना है, कनाडा जाना है या यूएस किसी कैंपस दे विच पढ़ना है, फ्यूचर विंग राही कॉन्टैक्ट करके दाखला लेके कहड़े इंटेक लिए ऑफर लेंगे इस वक्त? एट दिस टाइम अपने को सितंबर रखेगी, सितंबर इनटेक अवेलेबल है, ते स्टूडेंट्स जो अप्लाई फ्यू फ्यूचर विंग्स सितंबर लाइक करेंगे, ते एप्लीकेशन फी वेवर हैगा या फोर्थ. पैमला जी, कुछ खास उन्होंने स्टूडेंट्स लिए जो भारत में बैठे ने, कैनेडा च बैठे ने, फ्यूचर विंग उन्होंने किमें सहायता करेगा, पहला स्टेप की रहेगा, किमें उन्होंने दाखला लेना हैगा और की मुढ़लियां शर्तां होणगियां? जी, सबसे पहले तो आपको सारे स्टूडेंट्स को हम लोग ये कहना चाहते हैं, वी वांट टू इनकरेज यू टू कीप अप्लाइंग. आप अपने ड्रीम से पीछे मत हटिए, दिस इज अ टेम्पररी फेज, और हम लोग इस सब के थ्रू वी आर ऑल इन दिस टुगेदर एंड वी विल कम आउट ऑफ दैट. सो अगर आप लोग एकेडेमिकली कनाडा में फर्दर स्टडीज के लिए अप्लाई करना चाह रहे थे, थोड़ा सा एक लिटिल सेटबैक है बट हॉल्ट नहीं है आपकी ड्रीम्स के लिए. सो प्लीज कंटिन्यू यू टू अप्लाई, एडमिशन्स आर ओपन एवरीवेयर. होपफुली अभी हेल्थ एंड ट्रैवल रिस्ट्रिक्शंस भी ग्रेजुअली हट जाएंगी, हम लोग एक पॉजिटिव डायरेक्शन में जा रहे हैं. इनफैक्ट ऑन्टेरियो में भी अगर आप देखें तो जो कर्व है फ्लैटन हो रहा है. 19th of May को फर्स्ट फेज ऑफ ओपनिंग है, काफी सारे बिजनेसेस ओपन हो रहे हैं. इन अदर प्रोविंसेस लाइक मैनिटोबा, सस्कैचवान, न्यू ब्रंसविक, द सिचुएशन इज प्रीटी मच अंडर कंट्रोल. सो होपफुली एवरीथिंग विल गेट रिजॉल्व्ड एंड स्टूडेंट्स शुड कंटिन्यू टू स्टार्ट प्रिपेयरिंग फॉर देयर हायर एजुकेशन. कमल जी, की फीस रहेगी मास्टर प्रोग्राम ने तोड़े दो, पब्लिक पॉलिसी एंड एडमिनिस्ट्रेशन, सेकंड है मास्टर्स इन इंडस्ट्रियल एंड ऑर्गेनाइजेशनल साइकोलॉजी, जिदे हेड ने आज साढ़े नाल नहीं जुड़ पाए शॉन आयरलैंड. इन दोवों की जे अप्रोक्स फीस की गल कर ली एक विद्यार्थी लिए मास्टर्स की, तो बच्चा यूनिवर्सिटी से इस गलों डर जाता कि भारी फीसा होंदिया ने. सो किन्नी फीस नाल एक साल या दो साल की मास्टर्स पूरी कर पाएगा? केरी अपनी पब्लिक पॉलिसी एंड एडमिनिस्ट्रेशन प्रोग्राम है 6,000 दो साल की. इंडस्ट्रियलाइजेशन साइकोलॉजी द प्रोग्राम है 47 क्रेडिट्स, सो 45,000 for 2 years, but again 47 credits the program. Kiri in policy and administration, do saal de vich je thodi address $36,000 di fees hai gi do saal di. Thank you ji. ਅੱਜ ਦੇ ਬੁਲੇਟ ਪੁਆਇੰਟਸ ਮੈਂ ਕੁਝ ਦਰਸ਼ਕਾਂ ਨਾਲ ਸਾਂਝੇ ਕਰਾਂ, ਜੇ ਮੈਂ ਗਲਤ ਹੋਵਾਂ ਮੇਰੇ ਆਪਣੇ ਜਿਹੜੇ ਮਹਿਮਾਨ ਕੈਨੇਡਾ ਤੋਂ ਜੁੜੇ ਹੋਏ ਨੇ ਮੈਨੂੰ ਕਰੈਕਟ ਕਰ ਸਕਦੇ ਨੇ. ਇਹਦੇ ਦੋ ਕੈਂਪਸਸ ਨੇ ਅਲਡਰ ਯੂਨੀਵਰਸਿਟੀ ਦੇ, ਵੈਨਕੂਵਰ ਐਂਡ ਸ਼ਿਕਾਗੋ. ਮਾਸਟਰਸ ਪ੍ਰੋਗਰਾਮ ਲਈ ਆਫਰ ਕੀਤਾ ਇਹਨਾਂ ਨੇ ਫਿਊਚਰ ਵਿੰਗਸ ਰਾਹੀਂ, ਜਿਨ੍ਹਾਂ ਦਾ ਆਫਿਸ ਆਸਟ੍ਰੇਲੀਆ, ਕੈਨੇਡਾ ਔਰ ਮੋਹਾਲੀ ਦੇ ਵਿੱਚ ਹੈ. ਇੱਥੇ ਤੁਹਾਨੂੰ ਜਿਹੜੀ ਹੈ PR ਦੇ ਵਿੱਚ ਸਪੋਰਟ ਕਰੇਗੀ ਮਾਸਟਰਸ ਡਿਗਰੀ, ਵਰਕ ਪਰਮਿਟ ਦੇ ਵਿੱਚ ਸਪੋਰਟ ਕਰੇਗੀ 3 ਸਾਲ ਦੇ ਵਿੱਚ, ਐਕਸਪੀਰੀਅੰਸ ਜਿਨ੍ਹਾਂ ਦਾ 5 ਸਾਲ ਤੋਂ ਜ਼ਿਆਦਾ, 10 ਹੈ ਜਾਂ 15 ਸਾਲ ਹੈ, ਮਾਸਟਰਸ ਕੀਤੀ ਹੋਈ ਹੈ 6 ਬੈਂਡ ਨਾਲ ਈਚ ਨਾਲ, ਗੈਪ ਤੁਹਾਡਾ 8-10 ਸਾਲ ਦਾ ਹੋ ਚੁੱਕਿਆ ਹੈ, ਬੈਚਲਰ ਤੁਹਾਡੀ ਕੀਤੀ ਹੋਈ ਹੈ ਕਿਸੇ ਵੀ ਫੀਲਡ ਦੇ ਵਿੱਚ, ਤੁਸੀਂ ਦਾਖਲਾ ਲੈ ਕੇ ਇਸ ਯੂਨੀਵਰਸਿਟੀ ਦੇ ਵਿੱਚ ਜਾ ਸਕਦੇ ਹੋ ਔਰ ਆਪਣੀ ਜਿਹੜੀ ਹੈਗੀ ਹੈ PR ਕੈਨੇਡਾ ਦੇ ਵਿੱਚ ਲੈ ਸਕਦੇ ਹੋ. ਤਾਂ ਮੇਰਾ ਜੀ ਕੁਝ ਖਾਸ ਮੈਸੇਜ ਤੁਹਾਡਾ ਉਹਨਾਂ ਸਟੂਡੈਂਟਸ ਲਈ ਜਿਹੜੇ ਕਿ ਆਉਣਾ ਚਾਹੁੰਦੇ ਨੇ ਇਸ ਯੂਨੀਵਰਸਿਟੀ ਦੇ ਵਿੱਚ? ਜੀ, ਮੈਂ ਇੱਕ ਪੁਆਇੰਟ ਕਰਨਾ ਚਾਹੂੰਗੀ ਰਣਵੀਰ ਜੀ. ਕੱਲ ਜੋ ਇੱਕ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਕੋ ਲੈ ਕੈਨੇਡਾ ਨੇ ਇੱਕ ਟੈਂਪਰੇਰੀ ਪਾਲਿਸੀ ਚੇਂਜ ਇਸ਼ੂ ਕੀਤਾ ਥਾ 7th April ਕੋ ਫਾਰ ਮੇ ਐਂਡ ਜੂਨ ਇਨਟੇਕ, ਕਿ ਜੋ ਸਟੂਡੈਂਟਸ ਆਨਲਾਈਨ ਸਟੱਡੀ ਕਰਨਗੇ उनके पोस्ट ग्रेजुएट वर्क परमिट पे कोई इम्पैक्ट नहीं आएगा, प्रोवाइडेड 50% ऑफ द कोर्स इज डन ऑनलाइन एंड 50% इन कनाडा. कंसिडरिंग कि अभी सिचुएशन फुल्ली अंडर कंट्रोल नहीं है, ये पॉलिसी का कल शाम को इमिग्रेशन डिपार्टमेंट ने एक्सटेंशन किया है एंड दिस पॉलिसी विल नाउ बी एप्लीकेबल फॉर सितंबर इनटेक एज वेल. सो बेसिकली स्टूडेंट्स को 31st December 2020 तक एक स्टडी का एक तरह से परमिशन दे दिया गया है. सो इट्स पॉजिटिव साइन,
किसी कारण अगर आपका सिचुएशन इम्प्रूव्स और वीजा भी लग जाता है और आप किसी कारण ट्रैवल नहीं कर पाते, तो अब आपके पास इंस्टेड ऑफ द अर्लियर जून, मई जून, आपके पास अब दिसंबर तक का टाइम है। जी, थैंक यू पैमेला जी, बहुत मेहरबानी। थैंक यू। कमल जी, बहुत बहुत शुक्रिया। थैंक यू जी। थैंक्स संड्रा फॉर पार्टिसिपेटिंग इन आवर शोज। थैंक यू वेरी मच। थैंक यू। दर्शकों का भी शुक्रिया। यह यूनिवर्सिटी सी जी अल्टर यूनिवर्सिटी, जिसे दो नुमाइंदे साढ़े नाल सी, फ्यूचर विंग कंपनी जी कि कनेडियन और आस्ट्रेलिया बेस्ड है, एक ऑफिस मोहाली दे विच है, ICCRC IAA मारा, इन्हों के अपने सारे डायरेक्टर को सारे लाइसेंस ने। सो इन्होंने पहल की है कैनेडा तो यूनिवर्सिटियां साढ़े नाल जोड़न की। मास्टर्स प्रोग्राम के दौरान तुम 5 तो वध 10 साल का 15 साल का गैप या तजर्बा रखते हो 6 बैंड नाल तां भी तुम जा सकते हो। फीसा बड़िया नॉमीनल्स ने। वधेरे जानकारी लई तुसीं फ्यूचर विंग्स के नंबर के उपर संपर्क जिहड़ा है कर सकते हो। अज्ज दा शो इत्थे खत्म करांगे। अपने दोस्त रणवीर सिंह नूं आ के धन्नवाद। सत श्री अकाल।